ਲਗਾਤਾਰ ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਸਾਰੇ ਸੋਹਰਗ ਸਿੱਖ ਸਿਧਾਂਤ ਸਿੱਖ ਫਲਸਫੇ ਔਰ ਖਾਸ ਤੌਰ ਤੇ ਸਿੱਖ ਰਾਜਨੀਤੀ ਦੇ ਵਿੱਚ ਡੂੰਗੀ ਦਿਲਚਸਪੀ ਰੱਖਣ ਵਾਲੇ ਔਰ ਸਮਝ ਰੱਖਣ ਵਾਲੇ ਸਿੱਖਾਂ ਦੇ ਫੋਨ ਈਮੇਲਸ ਆ ਰਹੀਆਂ ਨੇ ਔਰ ਸ਼ਰਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਸਾਰੇ ਜਿਹੜੇ ਸਿੱਖ ਨੇ ਬੜੇ ਚਿੰਤਤ ਨੇ ਖੁਸ਼ੀ ਵਾਲੀ ਗੱਲ ਹੈ ਕਿ ਉਹ ਸਿੱਖ ਵੀ ਚਿੰਤਤ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਨਾਲ ਕੋਈ ਇਤਿਫਾਕ ਨਹੀਂ ਰੱਖਦੇ ਇੱਕ ਚੰਗੀ ਗੱਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਇਸ ਸਿੱਖਾਂ ਲਈ ਬੜਾ ਕਾਤਕ ਹੈ ਇਸ ਲਈ ਸਿੱਖ ਚਿੰਤਤ ਨਜ਼ਰ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਵੈਨਡ ਸੁਣੇ ਤੁਹਾਡੇ ਕੀਰਨੇ ਜਿਹੜੇ ਤੁਸੀਂ ਪਾਏ ਅੱਜ ਉਹ ਸੁਣੇ ਨੇ ਚੰਗੀ ਤਰ੍ਹਾਂ ਜਿੰਨਾਂ ਜ ਤੁਸੀਂ ਕੀਰਨੇ ਪਾਉਂਦੇ ਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਸਿੱਖ ਕੌਮ ਲਈ ਘਾਤਕ ਹੈ ਮੈਨੂੰ ਅਫਸੋਸ ਹੈ ਤੁਹਾਡੀ ਜ਼ੁਬਾਨ ਚੋਂ ਇਹ ਸ਼ਬਦ ਨਿਕਲ ਰਹੇ ਨੇ ਅਕਾਲੀ ਦਲ ਨਾ ਕਦੀ ਖਤਮ ਹੋਇਆ ਗਿਆ ਨਹੀਂ ਜੀ ਨਾ ਹੋ ਸਕਦਾ ਖਤਮ ਹੋਇਆ ਤੇ ਬਾਦਲ ਦਾ ਪਰਿਵਾਰ ਖਤਮ ਹੋਇਆ ਜਿਹਦੀਆਂ ਤੁਸੀਂ ਜੁੱਤੀਆਂ ਚੁੱਕਦੇ ਫਿਰਦੇ ਹੋ ਜਿਹਦੀਆਂ ਤੁਸੀਂ ਬੁੱਤੀਆਂ ਸਾਫ ਦੇ ਫਿਰਦੇ ਹੋ ਇਹ ਤੁਹਾਡੀਆਂ ਜ਼ਿੰਮੇਵਾਰੀਆਂ ਨਹੀਂ ਜਿਹੜੀਆਂ ਤੁਸੀਂ ਨਿਭਾ ਰਹੇ ਹੋ ਤੁਸੀਂ ਤੁਸੀਂ ਇੱਕ ਗੁਲਾਮ ਦੀ ਜ਼ਿੰਦਗੀ ਜਿਉ ਰਹੇ ਹੋ ਤੁਸੀਂ ਗੁਲਾਮਾਂ ਵਾਲਾ ਜਿਹੜਾ ਵਿਵਹਾਰ ਸ਼ੁਰੂ ਕੀਤਾ ਇਹਨੂੰ ਬੰਦ ਕਰੋ ਪਰ ਮੈਂ ਦਿੱਲੀ ਨੂੰ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਲਈ ਵੀ ਕਾਤਕ ਹੈ ਦੇਸ਼ ਲਈ ਵੀ ਸਹੀ ਨਹੀਂ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜੀਹੀ ਪਾਰਟੀ ਹੈ ਜਿਸ ਨੇ ਹਿੰਦੁਸਤਾਨ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਬਣਦਾ ਜਿਹੜਾ ਹੈ ਉਹ ਰੋਲ ਅਦਾ ਕੀਤਾ ਹੈ ਬਣਦਾ ਯੋਗਦਾਨ ਜਿਹੜਾ ਹੈ ਉਹ ਪਾਇਆ ਗਿਆਨੀ ਹਰਪੀਰ ਸਿੰਘ ਜੀ ਤੁਸੀਂ ਦਿੱਲੀ ਨੂੰ ਅਪੀਲ ਕਰ ਰਹੇ ਹੋ ਕਿ ਕਾਲੀ ਦਲ ਬਚਾਵੇ ਇਹਦੇ ਮਾਨੇ ਕੀ ਨੇ ਸੇਕ ਕੌਮ ਨੂੰ ਸਮਝਾਓ ਇੱਕ ਦਫਾ ਹੋਰ ਕਲੀਅਰ ਕਰੋ ਦਿੱਲੀ ਤੁਸੀਂ ਕਿਸ ਨੂੰ ਕਹਿ ਰਹੇ ਹੋ ਆਕਾਲੀ ਦਲ ਬਚਾਉਣ ਲਈ ਕਿਸ ਨੂੰ ਅਪੀਲ ਕਰ ਰਹੇ ਹੋ ਤੇ ਕੀ ਦੇ ਕਹਿਣ ਤੇ ਕਰ ਰਹੇ ਹੋ ਤੇ ਉਹ ਕਿਵੇਂ ਬਚਾਊਗਾ ਇਹ ਸਪਸ਼ਟ ਕਰੋ ਅੱਜ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨੇ ਵੀ ਸ਼ਰਮਣੀਆਂ ਆਕਾਲੀ ਦਲ ਦੇ ਧੜੇ ਨੇ ਸਾਰੇ ਜਿਹੜੇ ਨੇ ਆਪਣੀ ਆਪਣੀ ਈਗੋ ਨੂੰ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਸਾਹਮਣੇ ਐਸਾ ਪਲੇਟਫਾਰਮ ਦਿੱਤਾ ਹੈ ਜਿੱਥੇ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ ਉੱਥੇ ਸਾਨੂੰ ਬੈਠ ਕੇ ਇਕੱਠੇ ਹੋ ਕੇ ਤੁਰੰਦੀ ਬਹੁਤ ਵੱਡੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕੇਵਲ ਰਾਜ ਸੱਤਾ ਪ੍ਰਾਪਤ ਕਰਨ ਲਈ ਨਹੀਂ ਹੋਇਆ ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਖਾਲਸੇ ਦੇ ਬੋਲ ਬਾਲੇ ਖਾਲਸੇ ਦੀ ਚੜ੍ਹਦੀ ਕਲਾ ਲਈ ਹੋਇਆ ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਅਗਰ ਉਹ ਸੋਚ ਬਰਕਰਾਰ ਇਸ ਸ਼੍ਰੋਮਣੀ ਅਕਾਲੀ ਦਲ ਬਰਕਰਾਰ ਹੈ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਇਸ ਲਈ ਉਸ ਸੋਚ ਨੂੰ ਮੁੜ ਉਭਾਰਨ ਦੀ ਜਿਹੜੇ ਬਹੁਤ ਵੱਡੀ ਜ਼ਰੂਰਤ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਜਿੰਨਾ ਆਪਣੇ ਉਦੇਸ਼ਾਂ ਦੀ ਟੀਚਿਆਂ ਦੀ ਪੂਰਤੀ ਲਈ ਪੈਦਾ ਹੋਇਆ ਸੀ ਉਹਨਾਂ ਉਦੇਸ਼ਾਂ ਤੇ ਟੀਚਿਆਂ ਦੀ ਪੂਰਤੀ ਵਾਸਤੇ ਇਸ ਨੂੰ ਮੁੜ ਜਿਹੜਾ ਹੈ ਉਹ ਯਤਨ ਆਰੰਭ ਕਰਨਾ ਚਾਹੀਦਾ ਗਿਆਨੀ ਹਰਪੀਰ ਸਿੰਘ ਜੀ ਤੁਸੀਂ ਵਾਖ ਵਖਾ ਕਾਲੀ ਧੜਿਆਂ ਦੇ ਆਗੂਆਂ ਨੂੰ ਕਿਹਾ ਕਿ ਆਪਣੀ ਈਗੋ ਤਿਆਗੋ ਇਹ ਨਰਮਾਨਤਾ ਤੁਹਾਡੇ ਚ ਹੀ ਆ ਕੱਲਿਆ ਚ ਜਾਂ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਕੁਟੰਬ ਚ ਹੀ ਆ ਬਾਦਲ ਲਾਣੇ ਚ ਹੀ ਆ ਇਹ ਇਹ ਨਰਮਾਨਤਾ ਬਾਕੀ ਜਿੰਨੇ ਵੀ ਧੜਿਆਂ ਦੇ ਆਗੂ ਨੇ ਈਗੋ ਚ ਨੇ ਉਹ ਹਉਮੈ ਚ ਨੇ ਹੰਕਾਰ ਚ ਨੇ ਤੇ ਤੁਸੀਂ ਬਹੁਤ ਨਰਮਾਨਤਾ ਚ ਹੋ ਤੇ ਇਹਦਾ ਸਰਟੀਫਿਕੇਟ ਤੁਹਾਨੂੰ ਕਿਹਨੇ ਦਿੱਤਾ ਇੱਕ ਮੈਂ ਗੱਲ ਖਾਸ ਤੌਰ ਤੇ ਹੋਰ ਕਹਿਣੀ ਚਾਹਨਾ ਕਿ ਅੱਜ ਸਿੱਖ ਸਮਾਜ ਦੇ ਵਿੱਚ ਜਾਤ ਪਾਤ ਬਿਤਕਰੇ ਬਾਜ਼ੀਆਂ ਨਫ਼ਰਤ ਬਾਜ਼ੀਆਂ ਔਰ ਭੱਤੀ ਗੱਲ ਕਿ ਸਿੱਖਾਂ ਦੇ ਵਿੱਚ ਬਤਮੀਜ਼ੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਵੱਡਾ ਵਿਕਾਰ ਦੇ ਰੂਪ ਦੇ ਵਿੱਚ ਪੈਦਾ ਹੋ ਗਈ ਹੈ ਇਸ ਨੂੰ ਦੂਰ ਕਰਨ ਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ ਔਰ ਪਰ ਦੀ ਰਾਜਨੀਤੀ ਦੇ ਵਿੱਚ ਨਹੀਂ ਕੇਵਲ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਨਿਗਾਰ ਆ ਚੁੱਕਿਆ ਹੈ ਬੋਲਬਾਣੀ ਸ਼ਬਦਾਵਲੀ ਨੇਤਾਵਾਂ ਦੀ ਬਹੁਤ ਹੀ ਨੀਵੇਂ ਦਰਜੇ ਦੀ ਹੋ ਚੁੱਕੀ ਹੈ ਤਾਂ ਸ਼ਰਮਣੀਆਂ ਅਕਾਲੀ ਦਲ ਨੂੰ ਇਸ ਪਾਸੇ ਵੀ ਬਹੁਤ ਵੱਡਾ ਜਿਹੜਾ ਹੈ ਉਹ ਹਮਲਾ ਮਾਰਨ ਦੀ ਜ਼ਰੂਰਤ ਹੈ ਉਹ ਆਪਣੇ ਪੁਰਾਣੇ ਸਰੂਪ ਦੇ ਵਿੱਚ ਸ਼ਰਮਣੀਆਂ ਅਕਾਲੀ ਦਲ ਨੂੰ ਅੱਜ ਆਉਣ ਦੀ ਬਹੁਤ ਵੱਡੀ ਚੜੀ ਆ ਉਹ ਲੋੜ ਹੈ। ਕਿਆ ਨਹੀਂ ਹਰਪੀਰ ਸਿੰਘ ਜੀ ਤੁਸੀਂ ਇੱਕ ਹੋਰ ਗੁਸਤਾਖੀ ਕੀਤੀ ਹੈ ਸਿੱਖ ਕੌਮ ਨੂੰ ਬਤਮੀਜ਼ ਕਿਹਾ। ਆਪਣੇ ਵੈਣ ਪਾਉਂਦਿਆਂ ਕਿਹਾ ਕਿ ਸਿੱਖ ਬਤਮੀਜ਼ ਹੋ ਗਏ ਨੇ। ਤਮੀਜ਼ ਦੇ ਵੀ ਤੁਸੀਂ ਉਹ ਜਾਂ ਪ੍ਰਕਾਸ਼ ਸਿੰਘ ਬਾਦਲ ਹੈ ਜਾਂ ਉਹਦਾ ਲਾਣਾ ਤੁਸੀਂ ਤੁਸੀਂ ਬਾਬਾ ਬੁੱਢਾ ਜੀ ਦੀ ਹੈੱਡ ਗੰਥੀ ਦੀ ਪੋਸਟ ਤੇ ਕਲੰਕ ਲੱਗੇ ਹੋ요 ਤੁਸੀਂ ਦਸਮ ਪਾਛਾ ਦਾ ਜਿਹੜਾ ਸਰੀਰ ਸੀ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਤੁਸੀਂ ਉਹਦਾ ਨਰਾਦਰ ਕੀਤਾ ਉਹ ਸਰੀਰ ਦਾ ਤੁਸੀਂ ਨੌਕਰ ਬਣ ਕੇ ਤੇ ਬੁੱਤੀਆਂ ਸਾਰਦੇ ਪਏ ਆਪਣਾ ਤਾਲ ਪੂਰੇ ਕਰਦੇ ਪਏ ਤੁਸੀਂ ਫਰਜ਼ ਨਹੀਂ ਨਿਭਾਉਦੇ ਪਏ ਕਦੀ ਦਸਮ ਪਾਛਾ ਨੇ ਅਕਾਲ ਪੁਰ ਸੱਚੇ ਵੇਗਰੂ ਦੇ ਹੁਕਮ ਨਾਲ ਜਦੋਂ ਪੰਜ ਪਿਆਰੇ ਸਾਜੇ ਸੀ ਤੋਦੋਂ ਓਦੋਂ ਇੱਕ ਸਮਕਾਲੀ ਕਵੀ ਕੰਕਣ ਕੰਕਣ ਨੇ ਕਿਹਾ ਸੀ ਵਹਿਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਤਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਪਰ ਤੁਸੀਂ ਤਾਂ ਅਜ ਬਾਦਲ ਨੂੰ ਗੁਰੂ ਬਣੇ ਬੈਠੇ ਹੋ ਇਹ ਪੰਜ ਸਿੱਖ ਜਿਨ੍ਹਾਂ ਨੂੰ ਗੁਰੂ ਨੇ ਇਹਨਾਂ ਵੱਡਾ ਵਿਸ਼ਵਾਸ ਕੀਤਾ ਕਿ ਗੁਰੂ ਸਾਹਿਬ ਕਹਿੰਦੇ ਤਾਂ ਮਨ ਕਰ ਕੋਈ ਭੀਤ ਨਚਾਵੇ ਤੋ ਵੀ ਮਮ ਸਿੱਖਣ ਨਹੀਂ ਪਾਵੇ ਕੋਈ ਐਡਾ ਵੱਡਾ ਜਾਦੂਗਰ ਆ ਜਾਊਗਾ ਕਿ ਦਵਾਰ ਨੂੰ ਨਚਾ ਦਊਗਾ ਟੂਣਾ ਕਰਕੇ ਤੇ ਮੇਰੇ ਸਿੱਖ ਉਹਨੂੰ ਨਹੀਂ ਮੰਨਣਗੇ ਤੁਸੀਂ ਤੇ ਰਾਮ ਰਹੀਮ ਨੂੰ ਮੰਨਣ ਲੱਗ ਪਏ ਗੁਰੂਵਨ ਪਿੱਥ ਕਰਕੇ ਬੈਠ ਗਏ ਤਖਤ ਅਕਾਲਪੁਰਖ ਦਾ ਤੁਸੀਂ ਝੂਠੀ ਪਾਤਸ਼ਾਹੀ ਦੇ ਪੈਰਾਂ 'ਚ ਬਹਿ ਕੇ ਸੈਨ ਕਰਨ ਲੱਗ ਪਏ ਤੁਸੀਂ ਹੁਣ ਸੰਗਤ ਨੂੰ ਉਪਦੇਸ਼ ਦੇ ਰਹੇ ਹੋ ਇਹ ਇਹ ਅੱਜ ਅਕਾਲੀ ਦਲ ਅਗਰ ਖਤਮ ਹੋ ਗਿਆ ਤੇ ਜਿਉਂਦਾ ਉਸ ਦਿਨ ਸੀ ਜਦੋਂ ਬਰਗਾੜੀ ਹੋਈ ਸੀ ਜਿੱਦਣ ਬਰਗਾੜੀ ਵਿੱਚ ਖੂਨ ਖਰਾਬਾ ਕੀਤਾ ਤੇਰੇ ਆਕਾ ਨੇ ਉਦੋਂ ਕਾਲੀਦਾਲ ਜੀਵਤ ਸੀ ਜਿੱਦਣ ਦਸਮ ਪਾਤਸ਼ਾਹ ਦੀ ਪਿੱਤਰਾ ਆਤਮਾ ਗੁਰੂ ਗ੍ਰੰਥ ਸਾਹਿਬ ਪੈਰਾਂ ਥੱਲੇ ਲਟਾੜਨ ਵਾਲਿਆਂ ਨੂੰ ਸ਼ਰਨ ਦਿੱਤੀ ਤੇਰੇ ਬਾਦਲ ਨੇ ਜਿੱਦਣ ਜਿੱਦਣ ਸਿੱਖ ਬੱਚਿਆਂ ਨੂੰ ਗੋਲੀਆਂ ਨਾਲ ਵਿੰਨਣ ਵਾਲਿਆਂ ਨੂੰ ਤੁਸੀਂ ਸਰੋਪੇ ਦਿੱਤੇ ਕਬੀਤੀ ਰਾਹੀਂ ਉਦੋਂ ਉਸ ਭੱਦਰਪੁਰਖ ਨੇ ਉਹਨਾਂ ਨੂੰ ਬਚਾਇਆ ਉਹਨਾਂ ਤੇ ਕੇਸ ਦਰਜ ਨਹੀਂ ਹੋਣ ਦਿੱਤਾ ਉਦੋਂ ਕਾਲੀਦਾਲ ਜਿਉਂਦਾ ਸੀ ਯਾਨੀ ਜੀ ਕਾਲੀਦਾਰ ਜਿਉਂਦਾ ਤੇ ਜਿਉਂਦਾ ਰਹੂਗਾ ਮਰਿਆ ਤੇ ਤੇਰਾ ਆਕਾ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ ਉਹਦੇ ਕੀਰਰੇ ਪਾਓ ਉਹਦੇ ਦਰ ਤੇ ਜਾ ਕੇ ਅਕਾਲ ਤਖਤ ਤੇ ਬੱਦ ਸਕਣੀ ਇਹ ਨਾ ਲਿਆਓ ਅਕਾਲ ਤਖਤ ਦੇ ਉੱਤੇ ਇਹ ਇਹ ਜਿਹੜੇ ਜਿਹੜੇ ਤੁਸੀਂ ਲਫ਼ਜ਼ ਬੋਲੇ ਨੇ ਇਹ ਨਾ ਕੱਢੋ ਆਪਣੇ ਜ਼ੁਬਾਨ ਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ